ਪਾਰਟੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਨੇ ਉਮੀਦਵਾਰ ਉਤਾਰਿਆ ਗਿਆ ਤਾਂ ਚੁਣਾਵ ਪ੍ਰਚਾਰ ਜ਼ੋਰਾਂ ਤੇ, ਲੇਕਿਨ ਇੱਥੇ ਅੱਜ ਜਿਹੜੀ ਮਿਲੀ ਰੱਖੀ ਗਈ ਸੀ ਉੱਥੇ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ, ਰੈਲੀ ਦਾ ਰੂਪ ਜਿਹੜਾ ਧਾਰਨ ਕਰ ਚੁੱਕੀ ਹੈ। ਸਾਡੇ ਨਾਲ ਰਾਜਿੰਦਰ ਸਿੰਘ ਲਾਲਪੁਰਾ ਨੇ, ਲਾਲਪੁਰਾ ਸਾਹਿਬ ਅੱਜ ਤੁਹਾਡੀ ਮੋਟਰ ਮਿਲਣੀ ਸੀ, ਅੱਜ ਇਹ ਰੈਲੀ ਦਾ ਰੂਪ ਧਾਰਨ ਕਰ ਗਈ ਹੈ, ਕਿਸ ਤਰ੍ਹਾਂ ਦੇਖੀ? ਅਸਲ ਦੇ ਵਿੱਚ ਇਹ ਲੋਕਾਂ ਦਾ ਪਿਆਰ ਆ। ਲੋਕਾਂ ਨੇ ਪਹਿਲਾਂ ਵੀ ਮੈਨੂੰ 2022 ਦੇ ਵਿੱਚ ਵੱਡੀ ਗਿਣਤੀ 'ਚ ਪਿਆਰ ਬਖਸ਼ਿਆ ਤੇ ਮੈਂ ਇਸ ਜ਼ਿਲ੍ਹੇ 'ਚੋਂ ਸਭ ਤੋਂ ਵੱਧ ਵੋਟ ਲੈ ਕੇ ਲੋਕਾਂ ਨੇ ਜਿੱਤ, ਉਹ ਜਿੱਤ ਮੇਰੀ ਜਿੱਤ ਨਹੀਂ, ਉਹ ਲੋਕਾਂ ਦੀ ਜਿੱਤ ਹੀ। ਉਹੀ ਪਿਆਰ ਆ ਜਿਹੜਾ ਲੋਕਾਂ ਦਾ ਅੱਜ ਜਿਹੜਾ ਵਾ ਚੱਲ ਰਿਹਾ, ਜਿਹੜਾ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ, ਜਿਹੜਾ ਅਸੀਂ ਲੋਕਾਂ ਦੀ ਗੱਲਬਾਤ ਜਿਹੜੀ ਹੈ ਧਿਆਨ ਨਾਲ ਸੁਣਦੇ ਹਾਂ, ਜਿਹੜਾ ਸਰਕਾਰ ਨੇ ਲੋਕਾਂ ਦੇ ਦਿੱਤੀਆਂ ਨੇ, ਜਿਸ ਤਰ੍ਹਾਂ ਸਾਡੇ ਅਰਵਿੰਦ ਕੇਜਰੀਵਾਲ ਜੀ ਤੇ ਗਰੰਟੀਆਂ ਦਿੱਤੀਆਂ, ਇਹ ਸਾਰੇ ਅਸੀਂ ਵਾਅਦੇ ਜਿਹੜੇ ਕੀਤੇ ਨੇ। ਬਿਲਕੁਲ ਗੱਲ ਲਾਇਆ ਗਿਆ ਸੀ, ਕਿਹੜਾ ਲਾਇਆ ਗਿਆ ਸੀ, ਵੋਟਰ ਮਿਲਣ ਦਾ ਜੇ ਲਾਇਆ ਗਿਆ ਸੀ ਲੋਕਾਂ ਨੂੰ, ਲੇਕਿਨ ਪੁਛਾ ਕੁਛ ਹੋਰ ਹੀ ਚਾਹੀਦਾ। ਸੁਨੇਹਾ ਵੀ ਇੱਕ ਪਰਸੋਂ ਸ਼ਾਮੀ ਲਾਇਆ ਵਾ, ਰਾਤ ਪਰਸੋਂ ਸ਼ਾਮੀ, ਯਾਨੀ ਕਿ ਕੱਲ ਦਾ ਦਿਨ ਹੀ ਵਿੱਚ ਇਹੀ ਕਿ ਵਰਕਰ ਮਿਲੇ ਆ ਤੇ ਉਹਨਾਂ ਨੂੰ ਅਪੀਲ ਕੀਤੀ ਵੀ ਤੁਸੀਂ ਜਿੰਨੇ ਸੰਗਤ ਜੋ ਆ ਸਕਦੇ ਆਪਾਂ ਇੰਨੇ ਵਿਚਾਰ ਚਰਚਾ ਕਰਨੀ ਆ। ਅੱਜ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਇਹ ਵਰਕਰ ਹੀ ਨੇ, ਕਿਉਂਕਿ ਜਿਹੜਾ ਇੱਕ ਮਰ ਚੱਲ ਕੇ ਆਵੇ ਵਰਕਰ ਹੀ ਹੁੰਦਾ ਵੀ ਨਾਲ ਬੁਰਾ। ਹਾਂਜੀ, ਤੇ ਲਾਲਪੁਰ ਆ ਰਹੇ ਆ ਤੇ ਲਾਲਪੁਰ ਦੇ ਵਿੱਚ ਅਸੀਂ ਇਹਦੀ ਅੱਜ ਲੋਕਸਭਾ ਦੀ ਪਰੀਖਿਆ ਦੀ ਸਾਡੇ ਵਰਕਰ ਮਿਲਣੀ ਹੈ ਤੇ ਉਹਦਾ ਹੀ ਬਸ ਜਿਹੜਾ ਸਾਡੇ ਸਾਹਮਣੇ। ਬਿਲਕੁਲ ਧੰਨਵਾਦ ਇਸ ਮਨਜਿੰਦਰ ਸਿੰਘ ਲਾਲਪੁਰਾ, ਔਰ ਵਰਕਰ ਮਿਲਣੀ ਜਿਹੜੀ ਰੋਲੀ ਦਾ ਰੂਪ ਧਾਰ ਚੁੱਕੀ ਹੈ, ਔਰ ਇਹਨਾਂ ਦਾ ਕਹਿਣਾ ਹੈ ਇਸ ਤੋਂ ਵੀ ਵੱਡੀ ਰੋਲੀ ਆਉਣ ਵਾਲੇ ਦਿਨਾਂ 'ਚ ਖਡੂਰ ਸਾਹਿਬ ਹਲਕੇ ਦੇ ਵਿੱਚ ਕੀਤੀ ਜਾਊਗੀ। ਖਡੂਰ ਸਾਹਿਬ ਉੱਥੇ ਵਰਕਰ ਮਿਲਣੀ ਸੀ, MLA ਮਨਜਿੰਦਰ ਸਿੰਘ ਲਾਲਪੁਰਾ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਵਰਕਰ ਨੇ ਉਹਨਾਂ ਨਾਲ ਮਿਲਣਾ ਸੀ ਅਤੇ ਜਿਹੜਾ ਕਿ ਠਾਠਾ ਮਾਰਦਾ ਇਕੱਠ ਵੱਡੀ ਰੈਲੀ ਬਣ ਗਈ। ਜਿੰਨਾ ਪਿਆਰ ਅਤੇ ਸਤਿਕਾਰ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਵੱਲੋਂ ਇੱਥੇ ਦਿੱਤਾ ਗਿਆ, ਮੈਂ ਇਹਦਾ ਸਦਾ ਰਿਣੀ ਰਹੂੰਗਾ। ਅਤੇ ਇਸ ਇਕੱਠ ਨੂੰ ਵੇਖ ਕੇ ਲੱਗਦਾ ਵੀ ਇਹ ਜਿਹੜੀ ਵਿਧਾਨ ਸਭਾ ਖਡੂਰ ਸਾਹਿਬ ਆ, ਇਹ ਤੋਂ ਘੱਟ 30,000 ਦੀ ਲੀਡ ਆਊਗੀ। ਜਿਹੜੇ ਰਵਾਇਤੀ ਆ ਵਿਰੋਧੀ ਆ ਉਹਨਾਂ ਸਾਰਿਆਂ ਦੀਆਂ ਰਲਾ ਕੇ ਵੀ ਵੋਟਾਂ ਉਨੀਆਂ ਨਹੀਂ ਹੋਣਗੀਆਂ ਜਿੰਨੀਆਂ ਇਕੱਲੀਆਂ ਇੱਥੋਂ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੀਆਂ ਨਿਕਲਣਗੀਆਂ। ਵੇਖੋ ਜਿਹੜਾ ਬੰਨ ਬਣਾਉਣਾ ਵਾ ਇਹ ਸਾਡੇ ਇਲਾਕੇ ਦੀ ਵੱਡੀ ਲੋੜ ਆ। ਜਿਹੜੀ ਖਡੂਰ ਸਾਹਿਬ ਲੋਕ ਸਭਾ ਆ ਇਹਦੇ ਤਕਰੀਬਨ ਮੈਨੂੰ ਲੱਗਦਾ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡੇ ਏਰੀਏ ਦੇ ਵਿੱਚ ਦਰਿਆ ਲੰਘਦਾ ਅਤੇ ਬੰਨਾਂ ਦੇ ਵਿੱਚ ਤਾਂ ਜਦੋਂ ਵੇਖੋ ਮੀਂਹ ਪੈਣੇ ਪੈਣੇ ਬਰਸਾਤ ਹੋਣੀ ਹੋਣੀ, ਜਿਹੜਾ ਬੰਨਾਂ ਦੇ ਵਿੱਚ ਪਾਣੀ ਚੱਲਣਾ ਉਹਦੇ ਫਸਲ ਨੁਕਸਾਨੀ ਜਾਣੀ ਆ, ਪਰ ਜਦੋਂ ਬੰਨ ਟੁੱਟ ਕੇ ਦੂਜੇ ਬੰਨੇ ਪਾਣੀ ਆਉਂਦਾ ਸਾਡੇ ਕਿਸਾਨ ਭਰਾਵਾਂ ਦੀ ਫਸਲ ਖਰਾਬ ਹੁੰਦੀ ਆ, ਉਦੋਂ ਮਨ ਬੜਾ ਉਦਾਸ ਹੁੰਦਾ। ਕਿਉਂਕਿ ਮੈਂ ਖੁਦ ਕਿਸਾਨ ਹਾਂ ਅਤੇ ਜਦੋਂ ਪੁੱਤਾਂ ਨੂੰ ਫਸਲ ਪਾਲੀ ਹੋਵੇ ਨਾ ਆਪਦੀ ਸਾਰੀ ਪੂੰਜੀ ਆੜ੍ਹਤੀਏ ਤੋਂ ਚੁੱਕ ਕੇ ਲਿਮਟਾਂ ਚੁੱਕ ਕੇ ਸਾਰੀ ਫਸਲ 'ਤੇ ਲਾਈ ਹੋਵੇ ਤਾਂ ਪੱਕੀ ਫਸਲ ਦੇ ਉੱਤੇ ਆ ਕੇ ਪਾਣੀ ਫਿਰ ਜੇ ਗਾਰ ਚੜ੍ਹ ਜੇ ਖਤਮ ਹੋ ਜੇ ਫਸਲ ਤਾਂ ਉਦੋਂ ਬੜਾ ਵੱਡਾ ਧੱਕਾ ਲੱਗਦਾ ਅਤੇ ਇਹ
ਲੋਕ ਸਭਾ ਦੇ ਵਿੱਚ ਜਿਹੜੀ ਸਾਡੀ ਸਰਕਾਰ ਆ ਆਮ ਆਦਮੀ ਪਾਰਟੀ ਅਤੇ ਇੰਡੀਆ ਅਲਾਇੰਸ ਦੀ ਬਣ ਜਾ ਰਹੀ ਆ। ਇੰਡੀਆ ਅਲਾਇੰਸ ਦੀ ਸਰਕਾਰ ਬਣ ਦਿਓ, ਪੂਰੀ ਜਿਹੜੀ ਲੋਕ ਸਭਾ ਖਡੂਰ ਸਾਹਿਬ ਆ ਉਹਦੇ ਵਿੱਚ ਬੰਨ ਦੇ ਨਾਲ ਨਾਲ ਪੱਥਰ ਦੀ ਕੰਧ ਬਣਵਾਵਾਂਗੇ ਤਾਂ ਜੋ ਬੰਨ ਤੋਂ ਬਾਹਰ ਟੁੱਟ ਕੇ ਪਾਣੀ ਬਾਹਰ ਨਾ ਆਵੇ ਅਤੇ ਹੋਰ ਫਸਲ ਦਾ ਨੁਕਸਾਨ ਨਾ ਹੋਵੇ। ਅਤੇ ਨਾਲ ਪਾਸਪੋਰਟ ਦਫ਼ਤਰ ਜਿਹੜਾ ਸਾਡੇ ਲੋਕ ਸਭਾ ਖਡੂਰ ਸਾਹਿਬ ਦੇ ਲੋਕਾਂ ਨੂੰ ਕਿਸੇ ਨੂੰ ਜਲੰਧਰ ਨੂੰ ਜਾਣਾ ਪੈਂਦਾ, ਕਿਸੇ ਨੂੰ ਐਨੂੰ ਅੰਮ੍ਰਿਤਸਰ ਨੂੰ ਆਉਣਾ ਪੈਂਦਾ, ਦੂਰ ਪੈਂਦਾ। ਅਸੀਂ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਸੈਂਟਰ ਜਿਹਾ ਕੱਢ ਕੇ ਤਰਨ ਤਾਰਨ ਜ਼ਿਲ੍ਹੇ ਦੇ ਲਾਗੇ ਕਿਤੇ ਨਾ ਕਿਤੇ ਪਾਸਪੋਰਟ ਦਫ਼ਤਰ ਬਣਾਵਾਂਗੇ, ਕਿਉਂਕਿ ਜਦੋਂ ਸੈਂਟਰ 'ਚ ਸਰਕਾਰ ਸਾਡੀ ਬਣ ਗਈ ਫਿਰ ਤਾਂ ਅਸੀਂ ਜੋ ਮਰਜ਼ੀ ਕਹੀ ਜਾਈਏ ਉਹ ਕੰਮ ਪੂਰੇ ਹੋਣੇ ਹੋਣੇ, ਤਾਂ ਲੋੜ ਵੀ ਆ ਇਸ ਪਾਰਟੀ ਸੁਪਰੀਮ ਉਹਦੇ ਨਾਲ ਧੱਕੇਸ਼ਾਹੀ ਹੋ ਰਹੀ ਉਹਦੇ ਬਾਰੇ ਕੀ ਗੱਲ? ਦੇਖੋ ਜਿਹੜੀ ਧੱਕੇਸ਼ਾਹੀ ਹੋਈ ਆ ਉਹ ਜੱਗ ਜਾਣਦਾ, ਸਾਰਾ ਜੱਗ ਜਾ ਰਿਹਾ। ਨਰਿੰਦਰ ਮੋਦੀ ਨੇ ਬਿਨਾਂ ਕਸੂਰ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ, ਪਰ ਹਮੇਸ਼ਾ ਇਹ ਕੁਦਰਤ ਦਾ ਅਸੂਲ ਵੀ ਆ, ਜਿਹੜੇ ਪੱਤੇ ਨਿਕਲਦੇ ਆ ਉਹ ਪੱਤੇ ਝੜਦੇ ਆ। ਇਹ ਜਿਹੜੇ ਨਰਿੰਦਰ ਮੋਦੀ ਹੋਣੀ ਹੈ ਆਪਦੀ ਸੱਤਾ ਭੋਗ ਗਏ ਆ, ਹਰ ਬੰਦੇ ਦਾ ਕੋਈ ਦੌਰ ਹੁੰਦਾ, ਸਮਾਂ ਹੁੰਦਾ, ਇਹਨਾਂ ਦਾ ਦੌਰ ਖਤਮ ਹੋ ਗਿਆ। ਇਹ ਜਿਹੜੀ ਧੱਕੇਸ਼ਾਹੀ ਅਰਵਿੰਦ ਕੇਜਰੀਵਾਲ ਨਾਲ ਇਹਨਾਂ ਕੀਤੀ ਆ, ਉਹ ਨਰਿੰਦਰ ਮੋਦੀ ਅਤੇ ਬੀਜੇਪੀ ਸਰਕਾਰ ਦੇ ਪਹਿਲਾਂ ਵਾਜਪਾਈ ਸੀ, ਵਾਜਪਾਈ ਫਿਰ ਵੀ ਚਲੋ ਠੀਕ ਚੱਲਦਾ ਰਿਹਾ, ਪਰ ਨਰਿੰਦਰ ਮੋਦੀ ਨੇ ਤਾਂ ਇੰਤਹਾ ਕਰਤੀ ਆ ਜ਼ੁਲਮ ਵਾਲੀ। ਇਹਦੇ ਕਰਕੇ ਇਹਨਾਂ ਦੀ ਜਿਹੜੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਆ, ਇਹਨਾਂ ਦੀ ਸਰਕਾਰ ਜਿਹੜਾ ਡਿੱਗਣ ਦਾ ਵੱਡਾ ਕਾਰਨ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ, ਲੀਡਰਾਂ ਨਾਲ ਧੱਕੇਸ਼ਾਹੀ। ਆ ਜਿਹੜੇ ਵੱਡੇ ਮੁੱਖ ਮੰਤਰੀ, ਵੇਖੋ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਬਿਨਾਂ ਕਸੂਰ ਤੋਂ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰਤਾ। ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਆ, ਇਹਦਾ ਜਵਾਬ ਲੋਕ ਵੋਟਾਂ ਦੇ ਵਿੱਚ ਦੇਣਗੇ। ਇੰਡੀਆ ਅਲਾਇੰਸ ਦੀ ਸਰਕਾਰ ਬਣੂ, ਬੀਜੇਪੀ ਨੂੰ ਲੋਕ ਚੱਲਦਾ ਕਰਨਗੇ। ਅੰਮ੍ਰਿਤਪਾਲ ਸਿੰਘ ਦੀ ਮਤਲਬ ਦੀ ਗ੍ਰਿਫਤਾਰੀ ਨੂੰ ਕਿੱਦਾਂ ਦੇਖੋ? ਦੇਖੋ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਗੀ, ਮੈਨੂੰ ਨਹੀਂ ਪਤਾ ਵੀ ਰਾਣੀ ਗੁਰਜੀਤ ਦਾ ਬੇਟਾ ਜਿਹੜਾ ਆ ਰਾਣੀ ਗੁਰਜੀਤ ਨੇ ਸਾਫ ਕੀਤਾ ਕਿ ਰਾਣਾ ਇੰਦਰ ਪ੍ਰਤਾਪ ਜਿਹੜਾ ਚੁਣਾਵ ਲੜੂਗਾ ਉਹ ਇੱਛੂਗਾ, ਕੀ ਕਹਿਣਾ ਚਾਹੁੰਦੇ? ਵੇਖੋ ਜਿਹੜਾ ਮਰਜ਼ੀ ਆ ਜਾਵੇ, ਭਾਵੇਂ ਰਾਣਾ ਗੁਰਜੀਤ ਜਾਂ ਉਹਦਾ ਬੇਟਾ ਆ ਜਾਵੇ, ਅਕਾਲੀ ਦਲ ਵੱਲੋਂ ਭਾਵੇਂ ਮਜੀਠੀਆ ਆ ਜਾਵੇ, ਭਾਵੇਂ ਬੀਬਾ ਹਰਸਿਮਰਤ ਆ ਜਾਵੇ, ਲੋਕ ਸਭਾ ਖਡੂਰ ਸਾਹਿਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ 2 ਸਾਲਾਂ ਦੇ ਕੰਮਾਂ ਨੂੰ ਵੋਟ ਪਾਉਣਗੇ। ਐਰਕਾ ਇਹਨਾਂ ਨੂੰ ਵਿਹਲੇ ਕਰਕੇ ਅਕਾਲੀਆਂ, ਕਾਂਗਰਸੀਆਂ, ਬੀਜੇਪੀ ਵਾਲਿਆਂ ਨੂੰ ਘਰਾਂ ਨੂੰ ਘੱਲਣਗੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।